ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ ਤੇ। ਜੇਕਰ ਤੁਸੀਂ ਵੀ 23-64 ਅਤੇ 49 ਦਾ ਪੇਪਰ ਦਿੱਤਾ ਤਾਂ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ, ਕਿਉਂਕਿ 23-64 ਅਤੇ 49 ਦੇ ਲਈ ਨਵੀਂ ਅਪਡੇਟ ਸਾਹਮਣੇ ਆਈ ਹੈ ਅਤੇ ਭਰਤੀ ਦਾ ਹੁਣ ਕੀ ਬਣੇਗਾ ਅਤੇ ਮੰਤਰੀ ਸਾਹਿਬ ਜੀ ਨੇ ਆਪਾਂ ਨੂੰ ਕੀ ਜਵਾਬ ਦਿੱਤਾ, ਇਹ ਵੀ ਇਸ ਵੀਡੀਓ ਦੇ ਵਿੱਚ ਕਨਫਰਮ ਤੁਹਾਨੂੰ ਕਰ ਦਿਆਂਗੇ। ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ। ਅਤੇ ਹਾਂ, ਆਪਣੇ ਥੱਲੇ ਚੈਨਲ ਲਿੰਕ ਦਿੱਤੇ ਹੋਏ ਨੇ, ਟੈਲੀਗ੍ਰਾਮ ਔਰ ਵਟਸਐਪ ਚੈਨਲ, ਉੱਥੇ ਵੀ ਜੁਆਇਨ ਕਰ ਲੈਣਾ। ਅਤੇ ਇਹ ਵੀਡੀਓ ਨੂੰ ਵੇਖ ਕੇ ਥੱਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ। ਤਾਂ ਚਲੋ ਦੋਸਤੋ, ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਜਿਸ ਦੇ ਵਿੱਚ ਕਿ ਤੁਸੀਂ ਇਹ ਕਨਫਰਮ ਕਰ ਸਕਦੇ ਹੋ ਹੁਣ ਇਹ ਭਰਤੀ ਕਦੋਂ ਤੱਕ ਪੂਰੀ ਹੋ ਸਕਦੀ ਹੈ। ਜੇ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ, ਕੁਝ ਨੌਜਵਾਨਾਂ ਨੇ ਧਰਨਾ ਲਾਇਆ ਹੋਇਆ ਹੈ। ਇਹ ਧਰਨਾ ਦੋਸਤੋ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਲਾਇਆ ਗਿਆ ਸੀ, ਪਰ ਇਹਦਾ ਹੱਲ ਕੀ ਹੋਇਆ ਹੈ ਇਹਦਾ ਹੱਲ ਤੁਹਾਨੂੰ ਹੁਣ ਇਹ ਆਪ ਹੀ ਦੱਸਣਗੇ। ਚਲੋ ਦੋਸਤੋ, ਤੁਹਾਨੂੰ ਦਿਖਾਉਂਦੇ ਹਾਂ ਵੀਡੀਓ। ਮੁਰਦਾਬਾਦ 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 ਮੁਰਦਾਬਾਦ।